ਵੈਲਕਮ ਮਾਈ ਡੀਅਰ ਸਟੂਡੈਂਟਸ ਅੱਜ ਆਪਾਂ ਕਰਨ ਜਾ ਰਹੇ ਹਾਂ ਫਿਊਚਰ ਪਰਫੈਕਟ ਟੈਂਸ ਜਿਸ ਦੀ ਨਿਸ਼ਾਨੀ ਹੁੰਦੀ ਹੈ ਚੁੱਕਾ ਹੋਵੇਗਾ ਚੁੱਕੀ ਹੋਵੇਗੀ ਚੁੱਕੇ ਹੋਣਗੇ ਇਹਦੇ ਵਿੱਚ ਹੈਲਪਿੰਗ ਵਰਬ ਲੱਗਦੀ ਹੈ ਵਿਲ ਹੈਵ ਸ਼ਲ ਹੈਵ ਤੇ ਵਰਬ ਦੀ ਥਰਡ ਫਾਰਮ ਵੈਸੇ ਤਾਂ ਇਹ ਟੈਂਸ ਨੂੰ ਬਹੁਤ ਡੀਟੇਲ ਦੇ ਵਿੱਚ ਆਪਾਂ ਆਲਰੇਡੀ ਟੈਂਸਸ ਵਾਲੇ ਕੋਰਸ ਵਿੱਚ ਕਰ ਚੁੱਕੇ ਹਾਂ ਹੁਣ ਇਸ ਕੋਰਸ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਇਹਦੇ ਐਕਟਿਵ ਤੇ ਪੈਸਿਵ ਪਰ ਤੁਸੀਂ ਇੱਥੇ ਗਲਤ ਸਮਝੋ ਚੁੱਕਾ ਹੋਵੇਗਾ ਦਾ ਮਤਲਬ ਇਹ ਹੈ ਕਿ ਕੋਈ ਕੰਮ ਹੋ ਨਹੀਂ ਹੋਇਆ ਹਲੇ ਤੱਕ ਨਾ ਹੋਇਆ ਸੀ ਫਿਊਚਰ ਦੇ ਵਿੱਚ ਕਿਸੇ ਵਕਤ ਇਹ ਕੰਮ ਹੋ ਚੁੱਕਿਆ ਹੋਵੇਗਾ ਜਿਵੇਂ ਕਿ ਆਹ ਸੈਂਟੈਂਸ ਦੇਖੋ ਉਹ ਇੱਕ ਕਾਰ ਖਰੀਦ ਚੁੱਕਾ ਹੋਵੇਗਾ ਇਟ ਮੀਨਸ ਹਲੇ ਤੱਕ ਕੋਨੇ ਕੋਈ ਕਾਰ ਨਹੀਂ ਖਰੀਦੀ ਹੈ ਨਾ ਹੈ ਪਾਸਟ ਹੈ ਨਾ ਉਹਨੇ ਕਾਰ ਖਰੀਦੀ ਸੀ ਫਿਊਚਰ ਦੇ ਵਿੱਚ ਕਿਸੇ ਵਕਤ ਉਹ ਇੱਕ ਕਾਰ ਖਰੀਦ ਚੁੱਕਾ ਹੋਵੇਗਾ ਸੋ ਸਾਡੇ ਕੋਲ ਨਿਸ਼ਾਨੀ ਹੈ ਚੁੱਕਾ ਹੋਵੇਗਾ ਇਹਦੇ ਵਿੱਚ ਹੁਣ ਤੁਸੀਂ ਮੈਨੂੰ ਦੱਸੋ ਹੈਲਪਿੰਗ ਵਰਬ ਕਿਹੜੀ ਲੱਗਦੀ ਹੈ ਵਿਲ ਹੈਵ ਸ਼ਲ ਹੈਵ ਤੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਕਰਾਂਗੇ ਰੈਕਟਿਵ ਪੈਸਿਵ ਤਾਂ ਆਓ ਸਟੂਡੈਂਟਸ ਦੇਖਿਓ ਉਹ ਇੱਕ ਕਾਰ ਖਰੀਦ ਚੁੱਕਾ ਹੋਵੇਗਾ ਇਸ ਸੈਂਟੈਂਸ ਦੇ ਵਿੱਚ ਜੋ ਸਾਡੀ ਵਰਬ ਹੈ ਕਿਰਿਆ ਹੈ ਉਹ ਹੈ ਬਾਏ ਇਆ ਪਰਚੇਸ ਕਿ ਐਸਾ ਹੋ ਦਿਓ ਤੁਸੀਂ ਬਾਈ ਮੀਨਸ ਖਰੀਦਣਾ ਜਿਵੇਂ ਕਿ ਆਪਾਂ ਪੜ੍ਹਦੇ ਆਏ ਹਾਂ ਕੌਣ ਖਰੀਦ ਚੁੱਕਾ ਹੋਵੇਗਾ ਇਹ ਵਰਬ ਨੂੰ ਕੌਣ ਕਰ ਚੁੱਕਾ ਹੋਵੇਗਾ ਸਾਡਾ ਸਬਜੈਕਟ ਹੈ ਜੀ ਬਿਲਕੁਲ ਹੈ ਕੌਣ ਆਹੋ ਉਹ ਉਹ ਦਾ ਮਤਲਬ ਹੀ ਤਾਂ ਹੀ ਸਾਡਾ ਕੀ ਹੋਇਆ ਸਬਜੈਕਟ ਅੱਛਾ ਇਸੇ ਦਾ ਪੈਸਿਵ ਆਪਾਂ ਅੱਗੇ ਜਾ ਕੇ ਇੱਧਰ ਕਰਾਂਗੇ ਜਦੋਂ ਆਪਾਂ ਸਬਜੈਕਟ ਦੇ ਨਾਲ ਦੁਆਰਾ ਲਗਾ ਦੇਨੇ ਆ ਤਾਂ ਪੈਸਿਵ ਬਣ ਜਾਂਦਾ ਹੈ ਉਸ ਤੋਂ ਅਰਾ ਇੱਕ ਕਾਰ ਖਰੀਦੀ ਜਾ ਚੁੱਕੀ ਹੋਵੇਗੀ ਇਹ ਦਾ ਕੀ ਬਣ ਗਿਆ ਪੈਸਿਵ ਫਿਲਹਾਲ ਆਪਾਂ ਇਧਰ ਧਿਆਨ ਦੇਣਾ ਉਹ ਇੱਕ ਕਾਰ ਖਰੀਦ ਚੁੱਕਾ ਹੋਵੇਗਾ ਕੌਣ ਉਹ ਤਾਂ ਆ ਵੀ ਇੰਗਲਿਸ਼ ਬਣਾਈਏ ਜਿੰਨ ਕਿ ਸਾਨੂੰ ਪਤਾ ਜਿਹੜਾ ਐਕਟਿਵ ਹੁੰਦਾ ਹੈ ਉਹਦੀ ਸ਼ੁਰੂਆਤ ਅਸੀਂ ਸਬਜੈਕਟ ਤੋਂ ਹੀ ਕਰਦੇ ਹਾਂ ਤਾਂ ਹੀ ਹੈ ਸਾਡੇ ਕੋਲੇ ਸਬਜੈਕਟ ਹੀ ਹੀ ਕੀ ਕਰ ਚੁੱਕਾ ਹੋਵੇਗਾ ਚੁੱਕਾ ਹੋਵੇਗਾ ਕਰਕੇ ਅਸੀਂ ਇਹਦੇ ਨਾਲ ਹੈਲਪਿੰਗ ਵਰ ਲਗਾ ਦਿੱਤੀ ਵਿਲ ਹੈਵ ਆਈ ਤੇ ਵੀ ਨਾਲ ਅਸੀਂ ਸ਼ਲ ਹਵ ਲਿਖਦੇ ਆਂ ਬਾਕੀਆਂ ਨਾਲ ਅਸੀਂ ਲਿਖਦੇ ਨੇ ਵਿਲ ਹਵ ਸੋ ਯੂ ਆਲਰੇਡੀ ਪੜ ਚੁੱਕੇ ਹੈ ਹੀ ਵਿਲ ਹਵ ਅੱਛਾ ਵਿਲ ਹਵ ਤੋਂ ਬਾਦ ਸਿੱਧੀ ਵਰਬ ਦੀ ਅਸੀਂ ਲਿਖਾਂਗੇ ਥਰਡ ਫਾਰਮ ਐਕਟਿਵ ਦੇ ਵਿੱਚ ਕੀ ਹੁੰਦਾ ਜਿਹੜਾ ਆ ਪਹਿਲ ਨੰਬਰ ਤੇ ਵਰਡ ਲਿਖਿਆ ਹੁੰਦਾ ਇਹ ਹੁੰਦਾ ਸਬਜੈਕਟ ਕਰਤਾ ਐਕਟਿਵ ਦਾ ਮਤਲਬ ਇਹ ਹੁੰਦਾ ਵੀ ਕਰਤਾ ਆ ਕਿਰਿਆ ਕਰ ਚੁੱਕਾ ਹੋਵੇਗਾ ਬਸ ਸਿੱਧੀ ਉਸ ਤੋਂ ਬਾਦ ਅਸੀਂ ਕਿਰਿਆ ਦਾ ਜ਼ਿਕਰ ਕਰਦੇ ਆਂ ਉਹ ਕੀ ਖਰੀ ਚੁੱਕਾ ਹੋਵੇਗਾ ਉਹ ਬਾਅਦ ਚ ਲਿਖਾਂਗੇ ਲਿਖੋ ਹੀ ਵਿਲ ਹੈਵ ਬੋਟ ਜੀ ਬਾਏ ਦੀ 3rd ਫਾਰਮ ਕੀ ਆ ਗਈ ਬੋਟ ਉਹ ਖਰੀ ਚੁੱਕਾ ਹੋਵੇਗਾ ਕੀ ਖਰੀ ਚੁੱਕਾ ਹੋਵੇਗਾ ਅ ਕਾਰ ਇੱਥੇ ਫੁੱਲ ਸਟਾਪ ਤਾਂ ਅ ਕਾਰ ਕੀ ਹੈ ਸਾਡੇ ਕੋਲੇ ਆਬਜੈਕਟ ਹੀ ਵਿਲ ਹੈਵ ਬੋਟ ਅ ਕਾਰ ਐਸੇ ਚੀਜ਼ ਨੂੰ ਪੰਜਾਬੀ ਦੇ ਵਿੱਚ ਅਸੀਂ ਐਦਾਂ ਲਿਖ ਦਿੱਤਾ ਜਦੋਂ ਪੈਸਿਵ ਬਣਾਉਣਾ ਹੈ ਤਾਂ ਇਹਦੇ ਨਾਲ ਦੁਆਰਾ ਸ਼ਬਦ ਲਿਖ ਦਿਓ ਸਬਜੈਕਟ ਨਾਲ ਕੀ ਬਣ ਜਾਏਗਾ ਉਹ ਪੈਸਿਵ ਉਸ ਦੁਆਰਾ ਇੱਕ ਕਾਰ ਖਰੀਦੀ ਜਾ ਚੁੱਕੀ ਹੋਵੇਗੀ ਇਹ ਹੈ ਪੈਸਿਵ ਹੁਣ ਪੈਸਿਵ ਦੀ ਇੰਗਲਿਸ਼ ਕਿਵੇਂ ਬਣੇਗੀ ਯਾਦ ਰੱਖੋ ਆਪਾਂ ਲਾਸਟ ਟਾਈਮ ਵੀ ਪੜਿਆ ਸੀ ਪਰਫੈਕਟ ਟੈਂਸਸ ਦੇ ਵਿੱਚ ਅਸੀਂ ਬੀਨ ਸ਼ਬਦ ਦਾ ਸਹਾਰਾ ਲੈਨੇ ਆ ਤਾਂ ਇੱਥੇ ਅਸੀਂ ਬੀਨ ਪਲੱਸ ਥਰਡ ਫਾਰਮ ਨਾਲ ਬਣਾਵਾਂਗੇ ਅੱਛਾ ਕਿਉਂਕਿ ਪੈਸਿਵ ਹੈ ਤਾਂ ਜੇ ਸ਼ੁਰੂਆਤ ਕਿੱਥੋਂ ਹੋਏਗੀ ਆਬਜੈਕਟ ਤੋਂ ਤਾਂ ਆਬਜੈਕਟ ਕੀ ਇਹਦੇ ਵਿੱਚ ਇੱਕ ਕਾਰ ਆਓ ਲਿਖੀਏ ਅ ਕਾਰ ਕਾਰ ਨੂੰ ਕੀ ਕੀਤਾ ਜਾ ਚੁੱਕਾ ਹੋਵੇਗਾ ਖਰੀਦਿਆ ਜਾ ਚੁੱਕਾ ਹੋਵੇਗਾ ਅ ਕਾਰ ਵਿਲ ਹੈਵ ਅ ਕਾਰ ਵਿਲ ਹੈਵ ਜੀ ਲਿਖ ਲਿਆ ਵਿਲ ਹੈਵ ਫਿਰ ਇਸ ਤੋਂ ਬਾਅਦ ਅਸੀਂ ਇੱਥੇ ਬੀਨ ਲਿਖਣਾ ਜਿਹੜੇ ਪਰਫੈਕਟ ਟੈਂਸਸ ਨੇ ਇਹਨਾਂ ਦੇ ਪੈਸਿਵ ਬੰਦੇ ਨੇ ਬੀਨ ਲਗਾ ਕੇ ਆ ਯਾਦ ਰੱਖਣਾ ਅ ਕਾਰ ਵਿਲ ਹੈਵ ਬੀਨ ਸੋ ਹੈਵ ਆਜੇ ਜਾਂ ਪਿਛਲੇ ਟੈਂਸ ਦੇ ਵਿੱਚ ਪਾਸਟ ਪਰਫੈਕਟ ਦੇ ਵਿੱਚ ਹੈਡ ਆਇਆ ਸੀ ਤਾਂ ਉਦੋਂ ਵੀ ਅਸੀਂ ਇਸ ਤੋਂ ਬਾਅਦ ਕੀ ਲਿਖਿਆ ਸੀ ਬੀਨ ਅ ਕਾਰ ਵਿਲ ਹੈਵ ਬੀਨ दे दे been ਤੋਂ ਬਾਅਦ ਫਿਰ always third form ਇਹ थर्ड फॉर्म ਜਿਹੜੀ been ਤੋਂ ਬਾਅਦ ਲਗਾਈ ਹੈ ਇਹ ਪੈਸਿਵ ਦਾ ਰੂਲ ਹੈ ਹਰ ਇੱਕ ਟੈਂਸ ਦੇ ਪੈਸਿਵ ਦੇ ਵਿੱਚ ਅਸੀਂ थर्ड फॉर्म ਦਾ ਇਸਤੇਮਾਲ ਕਰਦੇ ਹਾਂ a car will have been bought by him ਇਹਦੇ ਵਿੱਚ ਸਾਡਾ ਸਬਜੈਕਟ ਪਿੱਛੇ ਚਲਾ ਜਾਂਦਾ ਹੈ ਤੇ ਇਹਨੂੰ ਬੋਲ ਕੇ ਦਿਖਾਓ a car will have been bought by him ਹੋਂ ਨਾ ਵੇਦਰ ਇੱਕ ਕਾਰ ਖਰੀਦੀ ਜਾ ਚੁੱਕੀ ਹੋਵੇਗੀ ਇਸ ਵਿੱਚ ਖਰੀਦਣ ਵਾਲਾ ਨਹੀਂ ਹੈ ਬਹੁਤ ਵਾਰੀ ਤੁਸੀਂ ਦੇਖੋਗੇ ਸਟੂਡੈਂਟਸ ਕਿ ਸੈਂਟੈਂਸ ਦੇ ਵਿੱਚ ਕਿਰਿਆ ਨੂੰ ਕਰਨ ਵਾਲਾ ਸਬਜੈਕਟ ਤੁਹਾਨੂੰ ਨਜ਼ਰ ਨਹੀਂ ਆਵੇਗਾ ਇੱਥੇ ਕਿਰਿਆ ਤਾਂ ਹੈ ਖਰੀਦਣਾ ਬਾਈ ਇੱਥੇ ਚੀਜ਼ ਵੀ ਹੈ ਆਬਜੈਕਟ ਵੀ ਹੈ ਕੀ ਖਰੀਦਣਾ ਕਾਰ ਬੜ ਖਰੀਦਣ ਵਾਲੇ ਦਾ ਇੱਥੇ ਜ਼ਿਕਰ ਨਹੀਂ ਤਾਂ ਉਹਨੂੰ ਵੀ ਅਸੀਂ ਪੈਸਿਵ ਹੀ ਕਹਿੰਦੇ ਹਾਂ ਸੋ ਪੈਸਿਵ ਦੇ ਲਈ ਜਦੋਂ ਦੁਆਰਾ ਸ਼ਬਦ ਲੱਗਿਆ ਜੇ ਸਬਜੈਕਟ ਨਾਲ ਜਾਂ ਸਬਜੈਕਟ ਹੋਵੇ ਨਾ ਇੱਕ ਕਾਰ ਖਰੀਦੀ ਜਾ ਚੁੱਕੀ ਹੋਵੇਗੀ ਤੇ ਇਨ ਏਂਗਲਿਸ਼ ਵੀ ਬਣ ਗਈ ਅ ਕਾਰ ਹਾਂਜੀ ਇਸ ਤੋਂ ਬਾਅਦ ਕੀ ਲਿਖਾਂਗੇ ਵਿਲ ਹੈਵ ਵਿਲ ਹੈਵ ਤੋਂ ਬਾਅਦ ਅਸੀਂ ਲਿਖਾਂਗੇ ਬੀਨ ਅ ਕਾਰ ਵਿਲ ਹੈਵ ਬੀਨ ਜੀ ਫੇਰ ਕਿਹੜੀ ਫਾਰਮ ਥਰਡ ਫਾਰਮ ਹਰ ਪੈਸਿਵ ਦੇ ਵਿੱਚ ਅਸੀਂ ਥਰਡ ਫਾਰਮ ਇਸਤੇਮਾਲ ਕਰਦੇ ਹਾਂ ਚਾਹੇ ਉਹ ਕੰਟੀਨਿਊਸ ਹੈ ਚਾਹੇ ਪਰਫੈਕਟ ਹੈ ਚਾਹੇ ਜਿਹੜਾ ਮਰਜ਼ੀ ਹੈ ਆਈ ਹੋਪ ਤੁਹਾਨੂੰ ਸਮਝ ਆ ਗਿਆ ਤੇ ਹੁਣ ਆਪਾਂ ਕਰਾਂਗੇ ਸਟੂਡੈਂਟਸ ਜੀ ਪ੍ਰੈਕਟਿਸ ਅਗਲਾ ਸੈਂਟੈਂਸ ਹੈ ਸਟੂਡੈਂਟਸ ਅਸੀਂ ਮੈਚ ਜਿੱਤ ਚੁੱਕੇ ਹੋਵਾਂਗੇ ਮਤਲਬ ਹਲੇ ਅਸੀਂ ਜਿੱਤੇ ਨਹੀਂ ਫਿਊਚਰ ਦੇ ਵਿੱਚ ਕਿਸੇ ਵਕਤ ਅਸੀਂ ਮੈਚ ਜਿੱਤ ਚੁੱਕੇ ਹੋਵਾਂਗੇ ਇਸ ਸੈਂਟੈਂਸ ਦੇ ਵਿੱਚ ਵਰਬ ਕਿਹੜੀ ਹੈ ਜਿਹਨੂੰ ਅਸੀਂ ਯੂਜ਼ ਕਰਾਂਗੇ ਜਿੱਤਣਾ ਜਿੱਤਨ ਇੰਗਲਿਸ਼ ਹੈ ਵਿਨ ਵਿਨ ਸਾਡੇ ਕੋਲ ਕੀ ਸਟੂਡੈਂਟ ਸਾਡੀ ਹੈ ਵਰਬ ਕੌਣ ਜਿੱਤ ਚੁੱਕੇ ਹੋਵਾਂਗੇ ਅਸੀਂ ਜਿੱਤ ਚੁੱਕੇ ਹੋਵਾਂਗੇ ਅਸੀਂ ਦੀ ਇੰਗਲਿਸ਼ ਵੀ ਸਬਜੈਕਟ ਹੈ ਕੋਈ ਦੁਆਰਾ ਨਹੀਂ ਲੱਗਿਆ ਦੁਆਰਾ ਇੱਧਰ ਲੱਗਿਆ ਜੇ ਦੁਆਰਾ ਲੱਗਿਆ ਹੋਵੇ ਸਬਜੈਕਟ ਨਾਲੋਂ ਪੈਸਿਵ ਬਣ ਜਾਂਦਾ ਇੱਥੇ ਕੋਈ ਦੁਆਰਾ ਨਹੀਂ ਐਕਟਿਵ ਹੈ ਸਬਜੈਕਟ ਹੋਵੇ ਕੋਈ ਦੁਆਰਾ ਨਾਲ ਲੱਗਿਆ ਹੋਵੇ ਉਹ ਐਕਟਿਵ ਹੁੰਦਾ ਅਸੀਂ ਮੈਚ ਜਿੱਤ ਚੁੱਕੇ ਹੋਵਾਂਗੇ ਐਕਟਿਵ ਹੈ ਤਾਂ ਅਸੀਂ ਸਬਜੈਕਟ ਤੋਂ ਸ਼ੁਰੂ ਕਰਾਂਗੇ ਕਰਤਾ ਤੋਂ ਇਹ ਸਾਡਾ ਕਰਤਾ ਹੈ ਵੀ ਅਸੀਂ ਕੀ ਕਰ ਚੁੱਕੇ ਹੋਵਾਂਗੇ ਚੁੱਕੇ ਹੋਵਾਂਗੇ ਦੇ ਲਈ ਅਸੀਂ ਲਿਖ ਦਿੱਤਾ ਸ਼ਲ ਹੈਵ ਵੀ ਸ਼ਲ ਹੈਵ ਅੱਛਾ ਫੇਰ ਫੇਰ ਆਜੋ ਇੱਥੇ ਵਰਬ ਦੀ 3rd ਫਾਰਮ ਨਾਲ ਦੀ ਨਾਲ ਵਰ ਪੈਂਦੀ ਹੁੰਦੀ ਹੈ ਐਕਟਿਵ ਦੇ ਵਿੱਚ helping verb ਤੋਂ ਬਾਅਦ when the third form one ਇਹਨੂੰ won ਨਹੀਂ ਕਹਿਣਾ ਬਹੁਤ سارے ਬੱਚੇ ਨੂੰ won ਕਹਿ ਦਿੰਦੇ ਨੇ ਅਸੀਂ ਕੀ ਜਿੱਤ ਚੁੱਕੇ ਹੋਵਾਂਗੇ ਮੈਚ ਤਾਂ ਉਹਦੀ ਇੰਗਲਿਸ਼ ਮੈਂ ਲਿਖ ਦਿੱਤੀ ਇੱਕ ਵਾਰੀ ਦ ਮੈਚ ਹੁਣ ਤੁਸੀਂ ਮੈਨੂੰ ਦੱਸੋ ਇਹਦੇ ਵਿੱਚ ਦ ਮੈਚ ਕੀ ਹੋਇਆ ਦ ਮੈਚ ਹੋਇਆ ਆਬਜੈਕਟ ਇਹ ਅਸੀਂ ਲਾਸਟ ਲਿਖਦੇ ਆਂ ਦੇ ਵਿੱਚ ਤੇ ਵੀ ਕੀ ਹੋਇਆ ਦੱਸੋ ਜੀ ਵੀ ਹੋਇਆ ਸਬਜੈਕਟ ਇਹਨੂੰ ਪੰਜਾਬੀ ਚ ਅਸੀਂ ਕਹਿੰਦੇ ਨੇ ਕਰਤਾ ਇਹ ਕਰਤਾ ਇਸੇ ਦਾ ਬਣ ਗਿਆ ਪੈਸਿਵ ਇਦਰ ਮੈਚ ਸਾਡੇ ਦੁਆਰਾ ਜਿੱਤਿਆ ਜਾ ਚੁੱਕਿਆ ਹੋਵੇਗਾ ਅੱਛਾ ਇੱਕ ਕਨਫਿਊਜ਼ਨ ਦਿਮਾਗ 'ਚ ਨਹੀਂ ਰੱਖਣੀ ਇਹ ਜ਼ਰੂਰੀ ਨਹੀਂ ਵੀ ਮੈਚ ਸ਼ੁਰੂ 'ਚ ਲਿਖਣਾ ਇੰਗਲਿਸ਼ ਦੇ ਵਿੱਚ ਤਾਂ ਆਬਜੈਕਟ ਅਸੀਂ ਸ਼ੁਰੂ 'ਚ ਲਿਖਾਂਗੇ ਪੰਜਾਬੀ ਦੇ ਵਿੱਚ ਜੇ ਮੈਚ ਸ਼ਬਦ ਨੂੰ ਚੱਕ ਕੇ ਤੁਸੀਂ ਇੱਥੇ ਲਿਖ ਦੋ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇੰਗਲਿਸ਼ ਦੇ ਉੱਪਰ ਸਾਡੇ ਦੁਆਰਾ ਮੈਚ ਜਿੱਤਿਆ ਜਾ ਚੁੱਕਿਆ ਹੋਵੇਗਾ ਜਾਂ ਮੈਚ ਸਾਡੇ ਦੁਆਰਾ ਜਿੱਤਿਆ ਜਾ ਚੁੱਕਿਆ ਹੋਵੇਗਾ ਕੋਈ ਚੀਜ਼ ਹੈ ਇਹ ਹੋਇਆ ਪੈਸਿਵ ਕਿਉਂ ਕਿ ਕਿ ਲੱਗਿਆ ਹੋਇਆ ਦੁਆਰਾ ਜਦੋਂ ਦੁਆਰਾ ਲੱਗਿਆ ਹੋਵੇ ਤਾਂ ਉਹ ਹੁੰਦਾ ਪੈਸਿਵ ਤੇ ਪੈਸਿਵ ਦੀ ਸ਼ੁਰੂਆਤ ਅਸੀਂ ਕਿੱਥੋਂ ਕਰਦੇ ਹਾਂ ਸਟੂਡੈਂਟਸ ਸਾਡੀ ਆਬਜੈਕਟ ਤੋਂ ਤਾਂ ਇਹ ਸੈਂਟੈਂਸ ਦੀ ਸ਼ੁਰੂਆਤ ਅਸੀਂ ਕਰਾਂਗੇ ਦ ਮੈਚ ਤੋਂ ਲਿਖੋ ਦ ਮੈਚ ਮੈਚ ਜਿੱਤਿਆ ਜਾ ਚੁੱਕਿਆ ਹੋਵੇਗਾ ਦ ਮੈਚ ਵਿਲ ਹੈਵ ਇਹ ਤਾਂ ਲਿਖਾਂਗੇ ਲਿਖਾਂਗੇ ਜੇ ਕੋਈ ਪੁੱਛੇ ਵਿਲ ਹੈਵ ਕਿਉਂ ਲਿਖਿਆ ਰੂਲ ਹੈ ਵਿਲ ਹੈਵ ਕਿਉਂਕਿ ਪੈਸਿਵ ਹੈ ਤਾਂ ਇਸ ਕਰਕੇ ਅਸੀਂ ਇੱਥੇ ਲਿਖਾਂਗੇ ਬੀਨ

will have the match will have been won match nu jitya ja chukya hovega the match will have been won eh je sentences asi bahut bolde haan bahut likhde haan je vich kai wari subject hi nahi hunda ta je koi subject na hove o de vich ta asi onu passive de taur te banawne agla sentence students police ik mamla darj kar chuki hovegi ਦਰਜ ਕਰਨ ਦੀ ਇੰਗਲਿਸ਼ ਵੈਸੇ ਤਾਂ ਕਾਫੀ ਹੁੰਦੀਆਂ ਨੇ ਇੱਥੇ ਇੱਕ ਸੌਖਾ ਜਿਹਾ ਸ਼ਬਦ ਲਿਖ ਲੈਨੇ ਆ ਰਜਿਸਟਰ ਸਾਡਾ ਟਾਰਗੇਟ ਇਸ ਕੋਰਸ ਦੇ ਵਿੱਚ ਵੋਕੈਬਲਰੀ ਨਹੀਂ ਹੈ ਸੈਂਟੈਂਸ ਮੇਕਿੰਗ ਹੈ ਰਜਿਸਟਰ ਸਾਡੇ ਕੋਲੇ ਹੈ ਵਰਬ ਜਿਸ ਦਾ ਮਤਲਬ ਹੈ ਦਰਜ ਕਰਨਾ ਲੱਭੋ ਸੈਂਟੈਂਸ ਦੇ ਵਿੱਚ ਕੌਣ ਦਰਜ ਕਰ ਚੁੱਕੀ ਹੋਵੇਗੀ ਮਾਮਲਾ ਤੁਹ ਬੌਂਟ ਕਲੀਅਰਲੀ ਨਜ਼ਰ ਆ ਰਿਹਾ ਹੈ ਇਹ ਹੈ ਸਾਡਾ ਸਬਜੈਕਟ ਪੁਲਿਸ ਕਰ ਚੁੱਕੀ ਹੋਵੇਗੀ ਇਸੇ ਦਾ ਪੈਸਿਵ ਇਧਰ ਬਣ ਜਾਂਦਾ ਹੈ ਜਦੋਂ ਸਬਜੈਕਟ ਨੂੰ ਦੁਆਰਾ ਲਾ ਕੇ ਦਿਖ ਦਿੱਤਾ ਤਾਂ ਪੈਸਿਵ ਬਣ ਜਾਂਦਾ ਹੈ ਪੁਲਿਸ ਦੁਆਰਾ ਇਹ ਪੈਸਿਵ ਹੈ ਉੱਥੇ ਕੋਈ ਦੁਆਰਾ ਨਹੀਂ ਸਬਜੈਕਟ ਹੈ ਇਟ ਮੀਨਸ ਉਹ ਐਕਟਿਵ ਹੈ ਤੇ ਐਕਟਿਵ ਇੰਗਲਿਸ਼ ਆਪਾਂ ਕਿਥੋਂ ਸਟਾਰਟ ਕਰਦੇ ਹਾਂ ਸਾਡੇ ਸਬਜੈਕਟ ਤੋਂ ਕਰਤਾ ਤੋਂ ਤਾਂ ਇਹ ਕਰਤਾ ਹੈ ਇਸ ਕਿਰਿਆ ਨੂੰ ਕਰਨ ਵਾਲਾ ਸਟਾਰਟਿੰਗ 'ਚ ਲਿਖਾਂਗੇ ਪੁਲਿਸ ਪੁਲਿਸ ਕੀ ਕਰ ਚੁੱਕੀ ਹੋਵੇਗੀ ਪੁਲਿਸ ਵਿਲ ਹੈਵ ਵਿਲ ਹੈਵ ਤੋਂ ਬਾਅਦ ਅਸੀਂ ਡਾਇਰੈਕਟ ਵਰਬ ਲਿਖਣੀ ਹੁੰਦੀ ਹੈ ਯਾਦ ਰੱਖਣਾ ਐਕਟਿਵ ਦੇ ਵਿੱਚ पुलिस आ काम कर चुकी होगी ए करता स्टार्टिंग च है करता क्रिया कर चुका होगा द इतने लिख लेंगे पुलिस भी कह सकते हो जो कि खास पुलिस है या सीधा पुलिस विल हैव रजिस्टर्ड ए थर्ड फॉर्म आ गई की दर्ज कर चुकी होगी एक मामला तो अ केस केस मैंने मामला अ केस अस्ट लिखा यह साड़ी है ओबजैक्ट होना इधर पुलिस द्वारा एक मामला दर्ज किया जा चुका होगा यह हो गया पैसिव सबजैक्ट है लेकिन द्वारा ला के दिता होंग्लिश की करेंगे सब तो पहला लिखा अ केस क्यों पहला ऑबजैक्ट तो लिखा की दर्ज किया जा चुका होगा वह मूहरे लिखा कि बाद लास्ट आऊस विल हैव जो विल हैव लिख दिता इस तुम तो असी बीन लगा के थर्ड फॉर्म लिख देंगे वि है फिर वर्ब ऑफ थर्ड फॉर्म रजिस्टर्ड अ केस विल हैव बीन रजिस्टर्ड कि द्वारा बाय पुलिस अ केस विल हैव बीन रजिस्टर्ड बाय पुलिस अगला देखो एक मामला दर्ज किया जा चुका होगा एच दर्ज करने वाला है ही नहीं जो दर्ज करने वाला द्वारा ला के दिता हों भी पैसे है जो दर्ज करने वाला है ही नहीं तो वह भी की है पैसे है तो इंग्लिश भी ऐसा ही बनावे अ केस a case will have a case will have fir been laga ke third form a case will have been registered innu vi assi passive kehneya students so active ho hai je subject hai ke police innu passive karna hai ta ede vich ya ta police dwara lik do ya ocho subjective bar kad do bas o vi passive hunda ik mamla darj kita ja chuka hovega a case will have been Students, एक नेगेटिव सेंटेंस बना के देखिए आप दवाई नहीं ले चुका होगा नेगेटिव है बट इजी है इतने आप लिखन जा रहे हैं टेक. टेक है कौन नहीं ले चुका होगा यह है साजैक्ट ही क्लियर? इतने कोई द्वारा नहीं लिखिया ਜੇ ਦੁਆਰਾ ਲਿਖ ਦੋਗੇ ਤਾਂ ਕੀ ਬਣ ਜਾਊਗਾ ਪੈਸਿਵ ਇਹ ਐਕਟਿਵ ਹੈ ਸਬਜੈਕਟ ਹੈ ਕੋਈ ਦੁਆਰਾ ਨਹੀਂ ਇਹ ਐਕਟਿਵ ਹੈ ਤਾਂ ਇਹ ਦੀ ਇੰਗਲਿਸ਼ ਕਿਵੇਂ ਲਿਖਾਂਗੇ ਪਹਿਲਾਂ ਸਬਜੈਕਟ ਲਿਖਾਂਗੇ ਹੀ ਜਦੋਂ ਅਸੀਂ ਹੀ ਲਿਖ ਲਿਆ ਫਿਰ ਅਸੀਂ ਇੱਥੇ ਲਿਖ ਦਾਂਗੇ ਵਿਲ ਨਾਟ ਹੈਵ 네ਗੇਟਿਵ ਹੈ ਤਾਂ ਅਸੀਂ ਇੱਥੇ ਨਾਟ ਲਿਖ ਦਾਂਗੇ ਇਹ ਬਣ ਗਿਆ ਹੀ ਵਿਲ ਨਾਟ ਹੈਵ ਬਸ ਇੱਕ ਦਾ ਖਿਆਸ ਖਿਆਲ ਰੱਖੋ ਜਿਹੜਾ ਨਾਟ ਹੈ ਉਹ ਹੈਵ ਤੋਂ ਬਾਅਦ ਨਹੀਂ ਉਹ ਵਿਲ ਤੇ ਹੈਵ ਦੇ ਵਿਚਕਾਰ ਪਏਗਾ बाद वर्व दर्ड फॉर्म टेकन ही द मैडिसन लिखता ही विव टेकन द मैडिसन इसे का बन गया पैसे वाह दवाई उस द्वारा नहीं लेती जा चुकी होगी मतलब दवाई उस द्वारा नहीं ली जा चुकी होगी द्वारा आ गया सबजैक्ट द्वारा ना लिखा गया तो पैसिव बन गया पैसिव दे ही लगे गए बीन शुरुआत अं करे सा दवाई तो ऑबजैक्ट तो द मैडीसन एबजेक्ट इतों शुरू करना ऑबजैक्ट तो मैडीसन तो बाद असें लिख दिता विल नॉट हैव द मैडीसन विल नॉट हैव फिर की करोंगे असी फिर इतने बीन लिखा क्यों क्योंकि पैसिव है तो पैसिव लगता होंगे बीन the medicine will not have been fir verb the third form taken medicine nahi lai ja chuki hovegi kide dwara by him the medicine will not have been taken by him aa sentence padho dawai nahi lai ja chuki hovegi hich lain wala hai hi ni e bhi passive hai to edi english vi ki ban gi the medicine the medicine will not have the medicine will not have been taken the medicine will not have been taken so hope karda toanu samajh aa gaya hun karde hain students ek interrogative sentence prashn vachak vak aao dekhiye ki likhe ki tusi eh film dekh chukke honge dekhn english ਜਦੋਂ ਫਿਲਮ ਵਗੈਰਾ ਦੇਖਣੀ ਹੋਵੇ ਅਸੀਂ ਵਾਚ ਸ਼ਬਦ استعمال ਕਰਦੇ ਆ ਵਾਚ ਸੌਡਿਕਲ ਕੀ ਹੈ ਸਟੂਡੈਂਟ ਸਾਡੀ ਵਰਬ ਹੈ ਕੌਣ ਦੇਖ ਚੁੱਕਿਆ ਹੋਵੇਗਾ ਉਹ ਵੀ ਹੈ ਸਬਜੈਕਟ ਵੀ ਹੈ ਉਹ ਹੈ ਯੂ ਕੋਈ ਦੁਆਰਾ ਨਹੀਂ ਲੱਗਿਆ ਹੋਇਆ ਜੇ ਦੁਆਰਾ ਲਗਾ ਦਈਏ ਸਬਜੈਕਟ ਨਾਲ ਕੀ ਬਣ ਜਾਂਦਾ ਉਹ ਪੈਸਿਵ ਦੁਆਰਾ ਵਗੈਰਾ ਵੀ ਨਹੀਂ ਉਹ ਐਕਟਿਵ ਹੈ ਅੱਛਾ ਇਹ ਪ੍ਰਸ਼ਨਵਾਚਕ ਹੈ ਪ੍ਰਸ਼ਨਵਾਚਕ ਦੇ ਵਿੱਚ ਇਨਟ੍ਰੋਗੇਟਿਵ ਦੇ ਵਿੱਚ ਕੀ ਹੁੰਦਾ ਹੈ ਹੈਲਪਿੰਗ ਵਰਬ ਅਸੀਂ ਸਬਜੈਕਟ ਤੋਂ ਅੱਗੇ ਕਰ ਦਿੰਦੇ ਆ ਇਹਨੂੰ ਬਣਾਉਣ ਲਈ ਤੁਸੀਂ ਕੰਮ ਕਰੋ मन लो एक मान के चलो भैया की है नहीं गा बाद देख रहे हैं मान लो एक ही है नहीं सेंटेंस की बन गया तुसी है फिल्म देख चुके सिर्फ इनकी चीज ही आप इंग्लिश लिखनी होंगी तो यह बन जी यू हैव यू हैव फिर थर्ड फॉर्म वॉचड डब्ल्यू ए टी सी एच ई डी यू विल हैवच की चीज ए फिल्म दिस मूवी यू विल हैव वॉचड दिस मूवी हमो भी एच ਕੀ ਪਤਾ ਸੀ ਪ੍ਰਸ਼ਨਵਾਚਕ ਇਨਟ੍ਰੋਗੇਟਿਵ ਤਾਂ ਇਨਟ੍ਰੋਗੇਟਿਵ ਦੇ ਵਿੱਚ ਆ ਜੋ ਵਿਲ ਹੈ ਨਾ ਇਹਨੂੰ ਅਸੀਂ ਯੂ ਤੋਂ ਪਹਿਲਾਂ ਕਰ ਦਾਂਗੇ ਇਹ ਨਹੀਂ ਸਾਰੀ ਹੈਲਪਿੰਗ ਆਵ ਵਿਲ ਟੂ ਹੈਵ ਦੋਨੋ ਬਾਰ ਜਾਣਗੇ ਨਹੀਂ ਜੇ ਵਿਲ ਹੈਜ਼ ਹੈਲਪਿੰਗ ਵਰਬ ਹੈ ਤਾਂ ਸਿਰਫ ਵਿਲ ਨੂੰ ਅਸੀਂ ਸਬਜੈਕਟ ਤੋਂ ਅੱਗੇ ਕਰਾਂਗੇ ਤਾਂ ਇਹਨੂੰ ਮੈਂ ਦੁਬਾਰਾ ਲਿਖ ਦਿੰਦਾ ਨਾ ਇਹ ਕੀ ਬਣ ਜਾਏਗਾ ਸਟੂਡੈਂਟਸ ਵਿਲ ਯੂ ਇਹ ਬਣ ਜਾਏਗਾ ਵਿਲ ਯੂ ਹੈਵ ਵਾਚਡ ਦਿਸ ਮੂਵੀ हां जी ਹੁਣ ਤੁਸੀਂ ਬੋਲ ਕੇ ਦਿਖਾਓ will you have watched this movie ਹੁਣ ਇਸੇ ਦਾ ਆ ਗਿਆ ਪੈਸਿਵ ਇਦਰ ਸਬਜੈਕਟ ਨੂੰ ਤੁਸੀਂ ਦੁਆਰਾ ਨਾਲ ਲਿਖ ਦਿਓ ਕੀ ਬਣ ਜੂਗਾ ਉਹ ਪੈਸਿਵ ਕੀ ਇਹ ਫਿਲਮ ਤੁਹਾਡੇ ਦੁਆਰਾ ਦੇਖੀ ਜਾ ਚੁੱਕੀ ਹੋਵੇਗੀ ਪੈਸਿਵ ਹੈ ਤਾਂ ਬੀਨ ਲਗਾ ਕੇ ਬਨੇਗਾ ਤੇ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਹੋਏਗੀ ਫਿਲਮ ਤੋਂ ਕੀ ਦੇਖੀ ਜਾ ਚੁੱਕੀ ਹੋਵੇਗੀ ਫਿਲਮ ਉਹ ਅਸੀਂ ਅੱਗੇ ਲਿਖਾਂਗੇ ਤੁਹਾਡੇ ਦੁਆਰਾ ਉਹ ਬਾਚ ਲਿਖਾਂਗੇ ਅੱਛਾ ਇੱਕ ਵਾਰ ਮੰਨ ਕੇ ਚਲੋ ਇਹ ਚ ਕੀ ਨਹੀਂ ਹੈ ਆਪਾਂ ਬਾਅਦ ਚ ਲਿਖ ਦਾਂਗੇ ਜੇ ਕੀ ਨਾ ਹੁੰਦਾ ਤਾਂ ਇਹ ਇੰਗਲਿਸ਼ ਐ ਬਣ ਜਾਂਦੀ this movie ਇੱਕ ਵਾਰ ਆਪਾਂ ਮੰਨ ਕੇ ਚੱਲਦੇ ਆ ਵੀ ਇਹ ਚ ਕੀ ਨਹੀਂ this movie will have this movie will have been differ third form watched ਕਿਹਦੇ ਦੁਆਰਾ by ਕਿਹਦੇ ਦੁਆਰਾ ਤੁਹਾਡੇ ਦੁਆਰਾ ਬਾਈਓ ਬਟ ਕਿਉਂਕਿ ਇਨਟ੍ਰੋਗੇਟਿਵ आ जो विल है अं जाएंगे तो यह ऐसा बन जाएगा मैं थोड़ा इतना थो कट देना यह बन जाएगा विल दिस मूवी जो टी है समॉल कर देंगे बाकी चीज़ है समझ आ गई स्टूडेंट्स विल दिस मूवी है ਦੇਖੀ ਜਾ ਚੁੱਕੀ ਹੋਵੇਗੀ ਇਹਦੇ ਵਿੱਚ ਦੇਖਣ ਵਾਲਾ ਨਹੀਂ ਹੈ ਯਾਦ ਰੱਖੋ ਜਦੋਂ ਜ਼ਿਆਦਾ ਸਬਜੈਕਟ ਦੁਆਰਾ ਲਾ ਕੇ ਦਿੱਤਾ ਹੋਵੇ ਜਾਂ ਸਬਜੈਕਟ ਹੀ ਨਾ ਹੋਵੇ ਉਹਨੂੰ ਅਸੀਂ ਕੀ ਕਹਿੰਦੇ ਹੈ ਪੈਸਿਵ ਤਾਂ ਇਨ ਇੰਗਲਿਸ਼ ਵੀ ਇਦਾਂ ਹੀ ਆਏਗੀ ਲਿਖੋ ਵਿਲ ਦਿਸ ਮੂਵੀ ਮੇਰੇ ਨਾਲ ਲਿਖੋ ਸਟੂਡੈਂਟਸ ਇਹ ਬਣ ਗਿਆ ਵਿਲ ਦਿਸ ਮੂਵੀ ਓਕੇ ਵਿਲ ਦਿਸ ਮੂਵੀ ਹੈਵ ਬੀਨ ਵਿਲ ਦਿਸ ਮੂਵੀ ਹੈਵ ਬੀਨ ਵਾਚਡ

ਇੱਕ ਨਵਾਂ ਹਸਪਤਾਲ ਖੋਲ ਚੁੱਕੀ ਹੋਵੇਗੀ ਜੀ ਇੱਥੇ ਵਰਬ ਕੀ ਹੈ ਖੋਲਣਾ ਓਪਨ ਇਹ ਤੁਸੀਂ ਨੋਟ ਕਰ ਲਓ ਵਰਬ ਤਾਂ ਸਾਨੂੰ ਖੁਦ ਹੀ ਲਿਖਣੀ ਪੈਣੀ ਆ ਉਥੇ ਓਪਨ ਕੀ ਹੈ ਸਾਡੇ ਕੋਲੇ ਵਰਬ ਇਹ ਵਰਬ ਨੂੰ ਕੌਣ ਕਰ ਚੁੱਕਿਆ ਹੋਵੇਗਾ ਕੌਣ ਖੋਲ ਚੁੱਕਿਆ ਹੋਊਗਾ ਉਹ ਵੀ ਸਾਨੂੰ ਨਜ਼ਰ ਆ ਰਿਹਾ ਸਰਕਾਰ ਇਹ ਮੈਂ ਤਾਂ ਬੋਲਦਾ ਹੁਣੇ ਇਸ ਤਰ੍ਹਾਂ ਕਿਉਂਕਿ ਜਦੋਂ ਮਿਕਸਡ ਸੈਂਟੈਂਸਸ ਆਉਣਗੇ ਸਟੂਡੈਂਟਸ ਅੱਗੇ ਜਾ ਕੇ ਤੁਹਾਡੀ ਟੈਸਟ ਸੀਰੀਜ਼ ਦੇ ਵਿੱਚ ਤਾਂ ਉਦੋਂ ਤੁਸੀਂ ਧਿਆਨ ਰੱਖਣੇ ਵੀ ਇਹ ਸੈਂਟੈਂਸ ਐਕਟਿਵ ਹੈ ਕਿ ਪੈਸਿਵ ਹੈ ਇਹ ਚ ਸਬਜੈਕਟ ਵੀ ਹੈ ਕੌਣ ਹੈ ਸਬਜੈਕਟ ਸਰਕਾਰ ਦੁਆਰਾ ਲਿਖਿਆ ਇਹਦੇ ਨਾਲ ਨਹੀਂ ਲਿਖਿਆ ਇਟ ਮੀਨਸ ਐਕਟਿਵ ਹੈ ਜੇ ਇਸੇ ਨਾਲ ਆਪਾਂ ਦੁਆਰਾ ਲਿਖ ਦਿੰਦੇ ਤਾਂ ਕੀ ਬਣ ਜਾਂਦਾ ਉਹ ਪੈਸਿਵ ਅੱਗੇ ਜਾ ਕੇ ਇਹਨੂੰ ਪੜਾਂਗੇ ਅੱਛਾ ਇਹ ਪ੍ਰਸ਼ਨਵਾਚਕ ਹੈ ਤਾਂ ਇਹਨੂੰ ਅਸੀਂ ਇੱਥੋਂ ਸ਼ੁਰੂ ਕਰ ਲਿਆ ਲਿਖ ਲਓ ਵਿਲ ਦਾ ਗਵਰਨਮੈਂਟ ਹੈਵ ਮਤਲਬ ਇਹ ਕਹਿਣ ਦੀ ਬਜਾਏ ਦਾ ਗਵਰਨਮੈਂਟ ਵਿਲ ਹੈਵ ਉਹਦੀ ਬਜਾਏ ਲਿਖ ਲਿਆ ਵਿਲ ਦਾ ਗਵਰਨਮੈਂਟ ਹੈਵ ਤੁਸੀਂ ਇਦਾਂ ਹੀ ਬਣਾਇਆ ਹੋਏਗਾ ਵਿਲ ਦਾ ਗਵਰਨਮੈਂਟ ਹੈਵ ਜੀ ਮੈਂ ਵਿਲ ਨੂੰ ਅੱਗੇ ਕਿਉਂ ਲਿਖਿਆ ਕਿਉਂਕਿ ਇਹ ਇੰਟਰੋਗੇਟਿਵ ਹੈ ਵਿਲ ਦਾ ਗਵਰਨਮੈਂਟ ਹੈਵ ਜੇ ਇੰਟਰੋਗੇਟਿਵ ਨਾ ਹੁੰਦਾ ਤਾਂ ਫਿਰ ਆਪਾਂ ਕੀ ਲਿਖਦੇ ਦਾ ਗਵਰਨਮੈਂਟ ਵਿਲ ਹੈਵ ਅੱਛਾ ਗਵਰਨਮੈਂਟ ਦੇ ਅੱਗੇ ਦ ਲਿਖਣਾ ਕੋਈ ਜ਼ਰੂਰੀ ਨਹੀਂ ਜੇ ਖਾਸ ਸਰਕਾਰ ਦੀ ਗੱਲ ਕਰ ਰਹੇ ਹਾਂ ਦ ਨਹੀਂ ਕੱਲਾ ਗਵਰਨਮੈਂਟ ਵਿਲ ਦਾ ਗਵਰਨਮੈਂਟ ਹੈਵ ਤੋਂ ਬਾਅਦ ਥਰਡ ਫਾਰਮ ਓਪਨਡ ਵਿਲ ਦਾ ਗਵਰਨਮੈਂਟ ਹੈਵ ਓਪਨਡ ਕੀ ਚੀਜ਼ ਇੱਕ ਨਵਾਂ ਹਸਪਤਾਲ ਅ ਨਿਊ ਹਸਪੀਟਲ ਅ ਨਿਊ ਹਸਪੀਟਲ ਪਿਛੇ ਸਾਈਨ ਆਫ ਇਨਟ੍ਰੋਗੇਸ਼ਨ ਹੋਪ ਟੂ ਸੀ ਅਦਾਈ ਬਨਾਇਆ ਹੋਏਗਾ ਵਿਲ ਦ ਗਵਰਨਮੈਂਟ ਹੈਵ ਓਪਨਡ ਅ ਨਿਊ ਹਸਪੀਟਲ ਇਸੇ ਦਾ ਬਣ ਗਿਆ ਪੈਸਿਵ ਇਹ ਕੀ ਸਰਕਾਰ ਦੁਆਰਾ ਇੱਕ ਨਵਾਂ ਹਸਪਤਾਲ ਖੋਲਿਆ ਜਾ ਚੁੱਕਿਆ ਹੋਵੇਗਾ ਉਸੇ ਸੈਂਟੈਂਸ ਨੂੰ ਜੇ ਪੈਸਿਵ ਕਰਨਾ ਹੈ ਤਾਂ ਸਬਜੈਕਟ ਨਾਲ ਕਰ ਦੋ ਲਗਾ ਦਿਓ ਦੁਆਰਾ ਹੁਣ ਇਹ ਪੈਸਿਵ ਹੋ ਗਿਆ ਪੈਸਿਵ ਹੋ ਗਿਆ ਤਾਂ ਜਿਹੜੇ ਚਾਰ ਸ਼ਬਦ ਹੈ ਸਰਕਾਰ ਦੁਆਰਾ ਲਾਸਟ ਲੱਗੂਗਾ ਇਹ ਚ ਅਸੀਂ ਕੀ ਖੋਲਿਆ ਜਾ ਚੁੱਕਿਆ ਹੋਵੇਗਾ ਇੱਕ ਨਵਾਂ ਹਸਪਤਾਲ ਉਹ ਅਸੀਂ ਸਟਾਰਟਿੰਗ ਚ ਲਿਖਾਂਗੇ ਸਾਡੀ ਆਬਜੈਕਟ ਅੱਛਾ ਇਹ ਪ੍ਰਸ਼ਨਵਾਚਕ ਹੈ ਤਾਂ ਅਸੀਂ ਵਿਲ ਟੂ ਸਟਾਰਟ ਕਰਾਂਗੇ ਲਿਖੋ ਵਿਲ ਅ ਨਿਊ ਹਸਪੀਟਲ ਵਿਲ ਅ ਨਿਊ ਹਸਪੀਟਲ ਹੈਵ ਪੈਸਿਵ ਅਦਰ ਬੀਨ ਲਗਾ ਦਾਂਗੇ ਬੀਨ ਓਪਨਡ ਬੀਨ ਓਪਨਡ ਕਿਹਦੇ ਦੁਆਰਾ by the government by the government eh ban gaya students sa saa da sentence haan ji bol ke dikhao ki ban gaya hai will a new hospital have been opened by the government je interrogative na hunda ta aa will now see si ithe likh dande eh ban janda a new hospital will have been opened by the government hun eh sentence padho ki ik nawa hospital kholya ja chukka hovega एच सब्जेक्ट ही मैनशन नहीं तो वह भी पैसिव है तो इन इंग्लिश भी आप इदा ही लिख देंगे स्टूडेंट्स लिखो विल अ विल अ न्यू हॉस्पिटल विल अ न्यू हॉस्पिटल फिर हैव बीन ओपनड बस हैव बीन हैव बीन ओपनड तो पिछे साइन ऑफ इंट्रोगेशन होप तुम्हें गल क्लीयर होगी ਅਗਲਾ ਸੈਂਟੈਂਸ ਸਟੂਡੈਂਟਸ ਅਸੀਂ ਸਾਰੇ ਦੋਸਤਾਂ ਨੂੰ ਸੱਦਾ ਦੇ ਚੁੱਕੇ ਹੋਵਾਂਗੇ ਇਹ ਕੋਈ ਇਨਟ੍ਰੋਗੇਟਿਵ ਨਹੀਂ ਕੋਈ 네ਗੇਟਿਵ ਨਹੀਂ ਬਣਾਓ ਅੱਛਾ ਸੱਦਾ ਦੇਣ ਦੇ ਲਈ ਇੰਗਲਿਸ਼ ਅਸੀਂ ਸਿੱਧਾ ਇਨਵਾਈਟ ਸ਼ਬਦ ਯੂਜ਼ ਕਰ ਲੈਨੇ ਤੇ ਅਸੀਂ ਵਰਬ ਦੇ ਤੌਰ ਤੇ ਕਿਹਨੂੰ ਯੂਜ਼ ਕਰ ਲੈਨੇ ਸਟੂਡੈਂਟਸ ਇਨਵਾਈਟ ਨੂੰ ਕੌਣ ਸੱਦਾ ਦੇ ਚੁੱਕੇ ਹੋਣਗੇ ਅਸੀਂ ਇਹ ਹੈ ਸਾਡਾ ਸਬਜੈਕਟ ਚੈੱਕ ਕਰੋ ਕਿਤੇ ਸਬਜੈਕਟ ਦੁਆਰਾ ਨਾਲ ਤਾਂ ਨਹੀਂ ਦਿੱਤਾ ਹੋਇਆ ਜੀ ਨਹੀਂ ਦੁਆਰਾ ਨਾਲ ਇੱਧਰ ਹੈ ਤਾਂ ਇਹ ਐਕਟਿਵ ਹੈ ਸਬਜੈਕਟ ਹੈ ਤੇ ਕੋਈ ਦੁਆਰਾ ਨਹੀਂ ਤਾਂ ਇਹਦੀ ਇੰਗਲਿਸ਼ ਇਹਦਾ ਹੀ ਬਣ ਜੇਗੀ ਵੀ ਵੀ ਤੋਂ ਬਾਅਦ ਅਸੀਂ ਲਿਖ ਦਾਂਗੇ ਸ਼ਲ ਹੈਵ ਵੀ ਸ਼ਲ ਹੈਵ ਆਈ ਤੇ ਵੀਨਲ ਸ਼ਲ ਹੈਵ ਵੀ ਸ਼ਲ ਹੈਵ ਆਸਾੜਾ ਸਬਜੈਕਟ ਹੈ ਤੇ ਐਕਟਿਵ ਹੈ ਇਸ ਤੋਂ ਬਾਅਦ ਸਿੱਧੀ ਥਰਡ ਫਾਰਮ ਸ਼ਲ ਹੈਵ ਇਨਵਾਈਟਿਡ ਵੀ ਸ਼ਲ ਹੈਵ ਇਨਵਾਈਟਿਡ ਕਿਨੂੰ ਸਾਰੇ ਦੋਸਤਾਂ ਨੂੰ 올 ਦਾ ਫਰੈਂਡਸ ਜਾਂ 올 ਫਰੈਂਡਸ ਦੋਨੋਂ ਠੀਕ ਨੇ ਤੇ ਆ ਸਾਡਾ ਬਣ ਗਿਆ ਜੀ ਸੈਂਟੈਂਸ ਵੀ ਸ਼ਲ ਹੈਵ ਇਨਵਾਈਟਡ 올 द ਫਰੈਂਡਸ ਹੋਣਾਵੇਦਰ ਉਹੀ ਸੈਂਟੈਂਸ ਤਾਂ ਇੱਧਰ ਬਣ ਗਿਆ ਪੈਸਿਵ ਸਾਰੇ ਦੋਸਤਾਂ ਨੂੰ ਸਾਡੇ ਦੁਆਰਾ ਸੱਦਾ ਦਿੱਤਾ ਜਾ ਚੁੱਕਾ ਹੋਵੇਗਾ ਗੱਲ ਉਹੀ ਹੈ ਬਸ ਇੱਥੇ ਜੋ ਸਬਜੈਕਟ ਹੈ ਉਹ ਦੁਆਰਾ ਲਾ ਕੇ ਦਿੱਤਾ ਤਾਂ ਇਹ ਹੋਇਆ ਪੈਸਿਵ ਬਣੇਗਾ ਬੀਨ ਨਾਲ ਸ਼ੁਰੂਆਤ ਦੇ ਵਿੱਚ ਅਸੀਂ ਲਿਖਾਂਗੇ ਸਾਡੀ ਆਬਜੈਕਟ ਕੀ ਹੈ 올 द ਫਰੈਂਡਸ 올 द ਫਰੈਂਡਸ

पढ़ो सारे दोस्तों सदा दिता जा चुका होगा सद् देने वाला है ही नहीं कोई भी पैसिव है तो ये इंग्लिश भी यही बन गई स्टूडेंट्स ऑल द फ्रेंड्स मेरे ना लिखो लिखो ऑल द फ्र फ्रिल है ਨੈਕਸਟ ਇਸ ઓ ગેટ બંધ ਕਰ ਚੁੱਕੇ ਹੋਣਗੇ ਦੱਸੋ ਜੀ ਇਹਦੀ ਇੰਗਲਿਸ਼ ਕੀ ਆਏਗੀ બંધ ਕਰਨ ਦੀ ਇੰਗਲਿਸ਼ ਸਟੂਡੈਂਟਸ ক্লোజ్ ক্লোਜ਼ਰ ਸਰਕਲਰੀ ਵਰਬ ਕੌਣ બંધ ਕਰ ਚੁੱਕੇ ਹੋਣਗੇ ਉਹ બંધ ਕਰ ਚੁੱਕੇ ਹੋਣਗੇ ਉਹ ਉਹ ਦੀ ਇੰਗਲਿਸ਼ ਦੇ ਚੁੱਕੇ ਹੋਣਗੇ ਤੋਂ ਪਤਾ ਲੱਗ ਗਿਆ ਕਿ ਇਹ ਪਲੂਰਲ ਹੈ ਦੇ ਦੁਆਰਾ ਤਾਂ ਨਹੀਂ ਲੱਗਿਆ ਹੋਇਆ ਦੁਆਰਾ ਇੱਧਰ ਲੱਗਿਆ ਹੋਇਆ ਗੇਟ ਉਹਨਾਂ ਦੁਆਰਾ ਬੰਦ ਕੀਤਾ ਜਾ ਚੁੱਕਾ ਹੋਵੇਗਾ ਜੇ ਦੁਆਰਾ ਲੱਗਿਆ ਹੋਵੇ ਸਬਜੈਕਟ ਨਾਲੋਂ ਪੈਸਿਵ ਹੈ ਨਹੀਂ ਲੱਗਿਆ ਇਟ ਮੀਨਸ ਉਹ ਐਕਟਿਵ ਹੈ दे इंग्लिश वन की दे दे तो स्टार्ट करेंगे फिर की लिखेंगे दे तो मान विल हैव नाना लिखो नानल बोलो विल हैव तो बाद दोस्तों की लिखेंगे आप। हाँ जी वर्ब दी सीधी थर्ड फॉर्म दे विल हैव क्लोज्ड की चीज गेट अ गेट कह लो या द गेट कह लो दोनों ठीक है द गेट मींस किसे खास गेट की गल कर रहे हैं आपा ठीक है होना जो इधर गेट उन द्वारा बंद किया जा चुका होवेगा हले बंद नहीं किया फ्यूचर चोना उन्होंने द्वारा बंद किया जा चुका होगा यह होया पैसिव तो पैसिव की शुरुआत अंत ऑब्जैक्ट करा तो की बन गया स्टूडेंट्स द गेट ठीक है जी फिर की करेंगे विल हैव लिखा द गेट विल हैव फिर सीधी थर्ड फॉर्म नहीं सीधी थर्ड फॉर्म नहीं पैसिव है बीन लगावे द गेट विल हैव बीन द गेट विल हैव बीन the third form closed gate close ਕੀਤਾ ਜਾ ਚੁੱਕਾ ਹੋਵੇਗਾ ਕਿਰੇ ਦੁਆਰਾ by them by ਦੇ ਦਾ ਕੀ ਬਣ ਗਿਆ them ਆ ਸੈਂਟੈਂਸ ਪੜੋ ਗੇਟ ਬੰਦ ਕੀਤਾ ਜਾ ਚੁੱਕਾ ਹੋਵੇਗਾ ਬੰਦ ਕਰਨ ਵਾਲਾ ਹੈ ਨਹੀਂ ਇੱਥੇ ਹੈ ਵੀ ਪੈਸਿਵ ਹੈ ਤਾਂ ਇਹਦੀ ਇੰਗਲਿਸ਼ ਕੀ ਬਣਗੀ the gate the gate will have they will have ਤੋਂ ਬੰਦ ਕੀ ਆਏਗਾ been the gate will have been closed the gate will have been closed next sentences main uski madad kar chuka hounga halle kitni madad future kar chuka hounga ab banaiye acha ithe hum assi likhange students help help kala madad bhi hunda hai te help madad karna bhi hunda hai note kar lo help nu assi as a verb use karange हैल्प का मीनिंग लिख लो मदद करना हैल्प द मीनिंग की इ मदद करना कौन मदद कर चुका होगा मैं मैं द इंग्लिश आई तो आई की हो गया सब्जेक्ट. ए एक्टिव है कि पैसिव जी एक्टिव है सबजैक्ट है के दबारा तो नहीं लग्या नहीं लग्या जे दुबारा लगा देंगे तो की बन जाता हो पैसिव जे एक्टिव है तो यह सबजैक्ट तो ही स्टार्ट करा तो इंग्लिश बनेगी आई लिख लिया आई फिर

ਮੇਰੇ ਦੁਆਰਾ ਉਸਦੀ ਮਦਦ ਕੀਤੀ ਜਾ ਚੁੱਕੀ ਹੋਵੇਗੀ ਪੈਸਿਵ ਹੈ ਪੈਸਿਵ ਅਤੇ ਇਹਦੇ ਵਿੱਚ ਆ ਜਿਹੜਾ ਮੇਰੇ ਦੁਆਰਾ ਲਾਸਟ ਆਊਗਾ ਸ਼ੁਰੂ ਦੇ ਵਿੱਚ ਅਸੀਂ ਆਬਜੈਕਟ ਲਿਖਾਂਗੇ ਆ ਜਿਹੜਾ ਹਿਮ ਹਰ ਸੀ ਉਹ ਇਧਰ ਸਟਾਰਟਿੰਗ ਚ ਆ ਜਾਊਗਾ ਪਰ ਆਈ ਨਹੀਂ ਹੈਗਾ ਵੀ ਤੁਸੀਂ ਹਿਮ ਨੂੰ ਹਿਮ ਲਿਖਤਾ ਹਰ ਨੂੰ ਹਰ ਲਿਖਤਾ ਨਹੀਂ ਇਹ ਸ਼ਬਦ ਇੱਥੇ ਲਾਸਟ ਆਉਣਗੇ ਜੇ ਇਹਨਾਂ ਤੋਂ ਸੈਂਟੈਂਸ ਸਟਾਰਟ ਕਰਨਾ ਹੈ ਤਾਂ ਹਿਮ ਦੀ ਬਜਾਏ ਅਸੀਂ ਹੀ ਲਿਖਾਂਗੇ ਹਰ ਦੀ ਬਜਾਏ ਅਸੀਂ ਸ਼ੀ ਲਿਖਾਂਗੇ ਚਾਹੇ ਆਬਜੈਕਟ ਨੇ ਥੇ

ਮਤਲਬ ਹੀ ਦੀ ਮਦਦ ਕੀਤੀ ਜਾ ਚੁੱਕੀ ਹੋਵੇਗੀ ਕਿਹਦੇ ਦੁਆਰਾ ਬਾਏ ਮੀ ਜੈ ਸ਼ੀ ਵਿਲ ਹੈਵ ਬੀਨ ਹੈਲਪਡ ਬਾਏ ਮੀ ਹੁਨਾ ਸੈਂਟੈਂਸ ਪੜੋ ਉਸ ਦੀ ਮਦਦ ਕੀਤੀ ਜਾ ਚੁੱਕੀ ਹੋਵੇਗੀ ਹੁਣ ਜਦੋਂ ਤੁਸੀਂ ਮਿਕਸਡ ਬਣਾਉਂਗੇ ਇਹਦੇ ਬਹੁਤ ਆਉਣਗੇ ਇੱਥੇ ਅਸੀਂ ਵਰਬ ਮੰਨਦੇ ਆ ਮਦਦ ਕਰਨਾ ਹੈਲਪ ਪਰ ਇਸ ਵਰਬ ਨੂੰ ਕਰਨ ਵਾਲਾ ਹੈ ਨਹੀਂ ਤਾਂ ਉਹ ਹੈ ਪੈਸਿਵ ਤਾਂ ਇਹਦੀ ਇੰਗਲਿਸ਼ ਵੀ ਇਦਾਂ ਹੀ ਲਿਖਦੇ ਨੇ ਹੀ ਜਾਂ ਸ਼ੀ ਠੀਕ ਹੈ ਜੀ ਵਿਲ ਹੈਵ ਬੀਨ ਹੈਲਪਡ ਬਾਸ ਹੀ ਜਾਂ ਸ਼ੀ ਵਿਲ ਹੈਵ ਵਿਲ ਹੈਵ बादड फॉर्म हेल्प होप स्टूडेंट्स यद स्टूडेंट्स के उपर नजर आने कुछ सेंटेंस नोट करो तो ट्रांसलेट करो ट्रांसलेट करो तो कि सेंटेंसिस ठीक ने तो यह साफेक्शन जो सेंटेंसिस ट्रांसलेट करो तो पहला चंकी तरह पढ़ो ਦੇਖੋ ਚੁੱਕਾ ਹੋਵੇਗਾ ਆ ਰਿਹਾ ਜੇ ਆ ਰਿਹਾ ਤਾਂ ਫਿਊਚਰ ਪਰਫੈਕਟ ਹੈ ਫਿਰ ਦੇਖੋ ਉਹ ਚ ਵਰਬ ਕਿਹੜੀ ਲਿਖਣੀ ਹੈ ਤੁਸੀਂ ਉਸ ਵਰਬ ਨੂੰ ਕਰਨ ਵਾਲਾ ਸਬਜੈਕਟ ਹੈਗਾ ਜੇ ਤਾਂ ਹੈਗਾ ਕੋਈ ਦੁਆਰਾ ਨਹੀਂ ਲਿਖਿਆ ਹੋਇਆ ਤਾਂ ਐਕਟਿਵ ਹੈ ਜੇ ਉਹਦੇ ਨਾਲ ਦੁਆਰਾ ਲੱਗਿਆ ਹੋਇਆ ਤਾਂ ਕੀ ਆ ਪੈਸਿਵ ਹੈ ਜਾਂ ਕਈ ਵਾਰੀ ਹੋ ਸਕਦਾ ਸਬਜੈਕਟ ਹੀ ਨਾ ਹੋਵੇ ਤਾਂ ਉਹ ਵੀ ਕੀ ਹੈ ਪੈਸਿਵ ਤੇ ਪੈਸਿਵ ਦੇ ਲਈ ਅਸੀਂ ਕੀ ਲਗਾਉਣਾ ਇਥੇ ਬੀਨ ਥੈਂਕ ਯੂ ਵੈਰੀ ਮੱਚ